ਪਿੰਡ ਬੁੱਢਣਵਾਲ ਵਿਖੇ ਅੱਜ ਦੁਪਹਿਰ ਸਮੇਂ ਜੋਸਨ ਕੋਲਡ ਸਟੋਰ 'ਤੇ ਅਚਾਨਕ ਅਮੋਨੀਆ ਗੈਸ ਲੀਕ ਹੋ ਗਈ, ਜਿਸ 'ਤੇ ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਤੁਰੰਤ ਕਾਬੂ ਪਾਇਆ। ਜਾਣਕਾਰੀ ਅਨੁਸਾਰ ਕੋਲਡ ਸਟੋਰ ਮਾਲਕ ਪਿਆਰਾ ਸਿੰਘ ਜੋਸਨ ਨੇ ਦੱਸਿਆ ਕਿ ਉਨ੍ਹਾਂ ਦੇ ਕੋਲਡ ਸਟੋਰ ਵਿੱਚ ਲੇਬਰ ਕੰਮ ਕਰ ਰਹੀ ਸੀ ਕਿ ਦੁਪਹਿਰ ਸਮੇਂ ਅਚਾਨਕ ਅਮੋਨੀਆ ਗੈਸ ਲੀਕ ਹੋਣੀ ਸ਼ੁਰੂ ਹੋ ਗਈ। ਜਦ ਇਸ ਬਾਰੇ ਲੇਬਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਤੁਰੰਤ ਫਾਇਰ ਬ੍ਰਿਗੇਡ ਦੀ ਟੀਮ ਨੂੰ ਸੂਚਿਤ ਕੀਤਾ ਗਿਆ ਤਾਂ ਸ਼ਾਹਕੋਟ ਤੋਂ ਫਾਇਰ ਬ੍ਰਿਗੇਡ ਦੀ ਟੀਮ ਨੇ ਪਹੁੰਚ ਕੇ ਲੀਕ ਹੋ ਰਹੀ ਗੈਸ 'ਤੇ ਕਾਬੂ ਪਾਇਆ। ਇਸ ਮੌਕੇ ਗੁਰਮੀਤ ਸਿੰਘ ਸੰਧੂ ਫਾਇਰਮੈਨ ਨੇ ਦੱਸਿਆ ਕਿ ਜਦ ਉਨ੍ਹਾਂ ਨੂੰ ਸੂਚਨਾ ਮਿਲੀ ਤਾਂ ਉਹ ਆਪਣੀ ਟੀਮ ਸਮੇਤ ਮੌਕੇ 'ਤੇ ਪਹੁੰਚੇ, ਪਰ ਉਸ ਸਮੇਂ ਕੋਲਡ ਸਟੋਰ ਵਿੱਚ ਕਾਫ਼ੀ ਗੈਸ ਲੀਕ ਹੋ ਰਹੀ ਸੀ। ਉਨ੍ਹਾਂ ਦੱਸਿਆ ਕਿ ਫਾਇਰ ਬ੍ਰਿਗੇਡ ਦੀ ਟੀਮ ਦੇ ਇੱਕ ਮੁਲਾਜ਼ਮ ਦੇ ਆਕਸੀਜਨ ਸਿਲੰਡਰ ਲਗਾ ਕੇ ਕੋਲਡ ਸਟੋਰ ਅੰਦਰ ਭੇਜਿਆ ਗਿਆ, ਜਿਸ ਨੇ ਲੀਕ ਹੋ ਰਹੀ ਗੈਸ ਨੂੰ ਬੰਦ ਕੀਤਾ। ਉਨ੍ਹਾਂ ਦੱਸਿਆ ਕਿ ਜੇਕਰ ਸਮੇਂ ਸਿਰ ਪਤਾ ਨਾ ਲੱਗਦਾ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ। ਸ਼ਾਹਕੋਟ ਮਲਸੀਆਂ ਤੋਂ ਸੀਨੀਅਰ ਪੱਤਰਕਾਰ ਸਾਹਬੀ ਦਾਸੀ ਕੇ ਸ਼ਾਹਕੋਟੀ ਦੀ ਖਾਸ ਰਿਪੋਰਟ। ਕੀ ਨਾਮ ਤੁਹਾਡਾ? ਕੀ ਗੱਲਬਾਤ ਹੋਈ ਆ ਜੀ? ਕੋਲਡ ਸਟੋਰ ਅੱਜ ਪਿੰਡ ਬੁੱਢਣਵਾਲੇ ਜੋਸਨ ਕੋਲਡ ਸਟੋਰ 'ਚ ਵਾਲ ਲੀਕ ਕਰ ਗਿਆ ਗਿਆ। ਅੱਛਾ ਜੀ। ਅਚਾਨਕ ਸ਼ਾਹਕੋਟ ਤੋਂ ਬੁਲਾਇਆ ਫਾਇਰ ਬ੍ਰਿਗੇਡ ਵਾਲੇ ਨੂੰ, ਉਹਨਾਂ ਸਹੀ ਕੀਤਾ। ਕੋਈ ਨੁਕਸਾਨ ਤਾਂ ਨਹੀਂ ਹੋਇਆ ਸਰ? ਕੋਈ ਨੁਕਸਾਨ। ਕੋਲਡ ਸਟੋਰ ਦਾ ਕੀ ਨਾਮ ਜੀ? ਜੋਸਨ ਕੋਲਡ ਸਟੋਰ ਪ੍ਰਾਈਵੇਟ ਲਿਮਿਟਡ। ਕੀ ਨਾਮ ਤੁਹਾਡਾ? ਮੇਰਾ ਨਾਮ ਸ਼੍ਰੀ ਗੁਰਮੀਤ ਸਿੰਘ ਸੰਧੂ ਆ ਜੀ। ਹਾਂਜੀ। ਮੈਂ ਨਗਰ ਪੰਚਾਇਤ ਸ਼ਾਹਕੋਟ 'ਚ ਬਤੌਰ ਫਾਇਰਮੈਨ ਜੋਬ ਕਰਦਾ ਜੀ। ਕੀ ਗੱਲਬਾਤ ਹੋਈ ਸੀ ਭਾਅ ਜੀ, ਇੱਥੇ ਤੁਸੀਂ ਬੁੱਢਣ ਵਾਲ ਪਹੁੰਚੇ ਆ? ਸਾਨੂੰ ਜੀ ਕਾਲ ਆਈ ਸੀ ਸ਼੍ਰੀ ਮਨਦੀਪ ਸਿੰਘ ਕਲਰਕ ਦੀ ਸ਼ਾਹਕੋਟ ਤੋਂ ਕਿ ਜਿਹੜਾ ਆਪਣਾ ਬੁੱਢਣ ਵਾਲ ਜੋਸ਼ਨ ਕੋਲਡ ਸਟੋਰ ਆ ਜੀ, ਉੱਥੇ ਜਿਹੜੀ ਅਮੋਨੀਆ ਗੈਸ ਆ ਉਹ ਲੀਕ ਹੋ ਗਈ ਆ, ਅਤੇ ਉਸ ਕਰਕੇ ਅਸੀਂ ਇੱਥੇ ਆਏ ਸੀਗੇ। ਅਤੇ ਜਦੋਂ ਅਸੀਂ ਇੱਥੇ ਆਏ ਹਾਂ ਅਤੇ ਗੈਸ ਕਾਫੀ ਲੀਕ ਸੀਗੀ, ਅਤੇ ਫਿਰ ਅਸੀਂ ਆਪਣਾ ਜਿਹੜਾ ਸਾਡਾ ਫਾਇਰਮੈਨ ਸੀਗਾ ਅਸੀਂ ਆਕਸੀਜਨ ਸਿਲੰਡਰ ਲਾ ਕੇ ਅੰਦਰ ਭੇਜਿਆ। ਉਸ ਤੋਂ ਬਾਅਦ ਜਿਹੜੀ ਗੈਸ ਜਿੱਥੋਂ ਗੈਸ ਲੀਕ ਸੀ ਉਹ ਗੈਸ ਬੰਦ ਕੀਤੀ, ਅਤੇ ਜਿਸ ਹੁਣ ਜਿਹੜੀ ਮਤਲਬ ਕਿ ਸਥਿਤੀ ਕੰਟਰੋਲ ਦੇ ਵਿੱਚ ਆ, ਹੁਣ ਬਿਲਕੁਲ ਵੀ ਗੈਸ ਲੀਕ ਨਹੀਂ ਹੋ ਰਹੀ, ਬਿਲਕੁਲ ਕੰਟਰੋਲ ਦੇ ਵਿੱਚ ਸਾਰਾ ਸਿਸਟਮ ਹੈ ਜੀ। ਕੋਈ ਜਾਨੀ ਨੁਕਸਾਨ ਨਹੀਂ ਹੋਇਆ ਜੀ? ਨਹੀਂ, ਕੋਈ ਜਾਨੀ ਨੁਕਸਾਨ ਨਹੀਂ ਹੋਇਆ ਜੀ। ਫਾਇਰ ਬ੍ਰਿਗੇਡ ਸ਼ਾਹਕੋਟ ਦੀ ਟੀਮ ਨੇ ਪਹੁੰਚ ਕੇ ਮੌਕੇ 'ਤੇ ਸਾਰਾ ਬਚਾਅ ਕਰ ਲਿਆ ਜੀ, ਸਾਰਾ ਕੁਛ ਕੰਟਰੋਲ ਦੇ ਵਿੱਚ ਆ ਜੀ ਹੁਣ।